दोस्तों आईआरसीसी दे एक लेटेस्ट ट्वीट दे विच उन्होंने इनफॉरमेशन दिती है भी 2022 दे विच तकरीबन 431,000 दे करीब जो पीआर दियां एप्लीकेशन उन्होंने अप्रूव कीतियां जो कि कैनेडा दी हिस्ट्री दा हुण तक दा सब तो वध डाटा भी एक सिंगल ईयर दे विच 431,000 पीआर दियां एप्लीकेशन उन्होंने अप्रूव कीतियां। सो 2023 ਨੂੰ ਲੈ ਕੇ ਵੀ ਕਾਫੀ ਵੱਡੇ ਐਲਾਨ ਉਹਨਾਂ ਨੇ ਕੀਤੇ ਆ। 2023 ਦੇ ਵਿੱਚ ਇਹ ਜਿਹੜਾ ਡਾਟਾ 431,000 ਤੋਂ ਵੀ ਉੱਪਰ ਹੋਣ ਵਾਲਾ। ਸੋ ਅਗਰ ਤੁਸੀਂ ਪੀਆਰ ਦਾ ਐਪਲੀਕੇਸ਼ਨ ਕਰਨ ਜਾ ਰਹੇ ਹੋ 2023 ਦੇ ਵਿੱਚ ਤਾਂ ਤੁਹਾਡੇ ਲਈ ਇੱਕ ਚੰਗੀ ਨਿਊਜ਼ ਆ, ਤੁਹਾਡੀ ਪੀਆਰ ਦੀ ਐਪਲੀਕੇਸ਼ਨ ਜਿਸ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਅਸੈਸ ਕੀਤਾ ਜਾਊਗਾ। ਐਂਡ ਸਭ ਤੋਂ ਜ਼ਰੂਰੀ ਜੋ ਪੀਆਰ ਦੀ ਐਪਲੀਕੇਸ਼ਨ ਦੇ ਵਿੱਚ ਹੁੰਦਾ ਉਹ ਹੁੰਦਾ ਪ੍ਰੋਸੈਸਿੰਗ ਟਾਈਮ। ਪ੍ਰੋਸੈਸਿੰਗ ਟਾਈਮ ਜੋ ਪਹਿਲਾਂ ਪੀਆਰ ਦੀ ਐਪਲੀਕੇਸ਼ਨ ਹੈ, ਚਾਹੇ ਤੁਸੀਂ ਐਕਸਪ੍ਰੈਸ ਐਂਟਰੀ ਕਰ ਰਹੇ ਹੋ, ਚਾਹੇ ਤੁਸੀਂ ਫੈਮਿਲੀ ਕਲਾਸ ਚ ਕਰ ਰਹੇ ਹੋ, ਚਾਹੇ ਤੁਸੀਂ ਪੀਐਨਪੀ ਕਰ ਰਹੇ ਹੋ, ਪਹਿਲਾਂ ਜਿਹੜਾ ਸਮਾਂ ਸੀ ਉਹ 1 ਤੋਂ 2 ਸਾਲ ਦੇ ਵਿੱਚ ਵਿੱਚ ਲੱਗਦਾ, ਮਤਲਬ ਮਿਨੀਮਮ ਸਾ ਮੈਕਸਿਮਮ 2 ਈਅਰ ਤੱਕ ਵੀ ਤੁਹਾਡੀ ਐਪਲੀਕੇਸ਼ਨ ਚਲੀ ਜਾਊਗੀ। ਜੋ 2023 ਦੇ ਵਿੱਚ ਘਟ ਕੇ ਅਪ ਟੂ 1 ਈਅਰ ਯਾਨੀ ਜ਼ਿਆਦਾ ਤੋਂ ਜ਼ਿਆਦਾ 12 ਮਹੀਨਿਆਂ ਦਾ ਸਮਾਂ ਰਹਿਣ ਵਾਲਾ। ਸੋ 2023 ਦੇ ਵਿੱਚ ਪੀਆਰ ਅਪਲਾਈ ਕਰਨ ਜਾ ਰਹੇ ਹੋ, ਟਰਾਈ ਕਰੋ, ਜਿਹੜੇ ਫਸਟ ਕੁਆਟਰ ਦੇ ਵਿੱਚ ਕਰੋ ਤਾਂ ਜੋ 2023-23 ਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੇ ਤੁਹਾਨੂੰ ਡਿਸੀਜਨ ਮਿਲ ਸਕੇ। ਐਂਡ ਪ੍ਰੋਸੈਸਿੰਗ ਟਾਈਮ ਡੈਫੀਨਿਟਲੀ ਘਟੂਗਾ, ਜਿਹਦੇ ਨਾਲ ਨਾਲ ਤੁਹਾਡਾ ਡਿਸੀਜਨ ਵੀ ਪੋਜ਼ਿਟਿਵ ਮਿਲਣ ਦੇ ਆਸਾਨ ਨੇ। ਦੂਸਰਾ, ਪੀਆਰ ਦੀ ਐਪਲੀਕੇਸ਼ਨ ਦੇ ਨਾਲ ਨਾਲ ਵਰਕ ਪਰਮਿਟ ਦੀ ਐਪਲੀਕੇਸ਼ਨ ਨੂੰ ਵੀ ਕਾਫੀ ਜਿਹੜਾ ਹੈਲਪ 2023 ਦੇ ਵਿੱਚ ਹੋਣ ਵਾਲੀ ਆ, ਕਿਉਂਕਿ ਲੇਬਰ ਸ਼ਾਰਟੇਜ ਦੇ ਨਾਲ ਕੈਨੇਡਾ ਜੂਝ ਰਿਹਾ, ਲੇਬਰ ਸ਼ਾਰਟੇਜ ਜੋ ਇੰਟਰਨੈਸ਼ਨਲ ਵਰਕਰ ਹੀ ਦੂਰ ਕਰ ਸਕਦੇ ਆ। ਸੋ ਚਾਹੇ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਨ ਜਾ ਰਹੇ ਹੋ, ਚਾਹੇ ਕਲੋਜ਼ ਵਰਕ ਪਰਮਿਟ, 2023 ਦੇ ਸਟਾਰਟਿੰਗ ਦੇ ਵਿੱਚ ਅਗਰ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋਗੇ, ਵਰਕ ਪਰਮਿਟ ਅਪਲਾਈ ਕਰੋਗੇ, ਤਾਂ ਡੈਫੀਨਿਟਲੀ ਤੁਹਾਨੂੰ ਇਨ ਟਾਈਮ ਜਿਹੜਾ ਵੀਜ਼ਾ ਮਿਲੂਗਾ। ਡਿਸੀਜਨ ਪੋਜ਼ਿਟਿਵ ਆਉਣ ਦੇ ਜ਼ਿਆਦਾ ਆਸਾਰ ਨੇ, ਸਭ ਤੋਂ ਜ਼ਰੂਰੀ ਜਿਹੜਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਘੱਟ ਲੱਗੂਗਾ। ਸੋ ਹੁਣ ਕਲੋਜ਼ ਵਰਕ ਪਰਮਿਟ ਵਾਲੇ ਜੋ LMI ਬੇਸਡ ਵਰਕ ਪਰਮਿਟ ਆਪਣਾ ਅਪਲਾਈ ਕਰਨਾ ਚਾਹੁੰਦੇ ਆ, ਬਿਲਕੁਲ ਜਲਦੀ ਅਪਲਾਈ ਕਰਨਾ ਚਾਹੁੰਦੇ ਆ, ਸਾਡੀ ਕਲੋਜ਼ ਵਰਕ ਪਰਮਿਟ ਦੀ ਐਪਲੀਕੇਸ਼ਨ ਜੋ ਦਸੰਬਰ ਦੇ ਵਿੱਚ ਅਪਲਾਈ ਹੋਈ ਸੀ 16 ਡੇ ਦੇ ਵਿੱਚ ਯਾਨੀ 16 ਦਿਨਾਂ ਦੇ ਵਿੱਚ ਉਹ ਐਪਲੀਕੇਸ਼ਨ ਅਪਰੂਵ ਹੋਈ ਆ। ਸੋ ਓਪਨ ਵਰਕ ਪਰਮਿਟ ਯਾਨੀ ਸਪਾਊਸਲ ਓਪਨ ਵਰਕ ਪਰਮਿਟ ਦੀ ਵੀ ਅਗਰ ਆਪਾਂ ਗੱਲ ਕਰੀਏ, ਉਹਨਾਂ ਦਾ ਡਿਸੀਜਨ 2022 ਦੇ ਵਿੱਚ ਹੀ ਬਹੁਤ ਵਧੀਆ ਰਿਹਾ। 2022 ਮਿਡ ਯਾਨੀ ਮਈ ਤੋਂ ਬਾਅਦ ਸਪਾਊਸ ਓਪਨ ਵਰਕ ਪਰਮਿਟ ਦੇ ਡਿਸੀਜਨ ਜਿਹੜੇ ਬਹੁਤ ਥੋੜੇ ਸਮੇਂ ਦੇ ਵਿੱਚ ਆਏ। ਪ੍ਰੈਜੈਂਟ ਟਾਈਮ ਦੇ ਵਿੱਚ ਓਪਨ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਅਪ ਟੂ 1 ਮੰਥ, ਜ਼ਿਆਦਾ ਤੋਂ ਜ਼ਿਆਦਾ 1 ਮਹੀਨੇ ਦੇ ਵਿੱਚ ਡਿਸੀਜਨ ਆ ਰਹੇ ਆ। ਕਿਸੇ ਨੂੰ 15 ਦਿਨਾਂ ਦੇ ਵਿੱਚ, ਕਿਸੇ ਨੂੰ 20 ਦਿਨਾਂ ਦੇ ਵਿੱਚ, ਕਿਸੇ ਨੂੰ 25 ਦਿਨਾਂ ਦੇ ਵਿੱਚ ਪਾਸਪੋਰਟ ਰਿਕੁਐਸਟ ਆ ਰਹੀ ਹੈ। ਸੋ ਉਸ ਐਪਲੀਕੈਂਟ ਜਿਨ੍ਹਾਂ ਦੇ ਸਪਾਊਸ ਜਨਵਰੀ ਦੇ ਵਿੱਚ ਆਪਣੀਆਂ ਕਲਾਸਿਸ ਸਟਾਰਟ ਕਰਨ ਵਾਲੇ ਆ, ਹਮੇਸ਼ਾ ਜਿਹੜੀ ਗਲਤੀ ਆਪਣੇ ਲੋਕ ਕਰਦੇ ਨੇ ਉਹ ਇੱਦਾਂ ਹੁੰਦੀ ਆ ਵੀ ਬਿਲਕੁਲ ਐਂਡ ਤੱਕ ਵੇਟ ਕਰਦੇ ਆ, ਉਸ ਤੋਂ ਬਾਅਦ ਆਪਣੇ ਡਾਕੂਮੈਂਟ ਰੈਡੀ ਕਰਨ ਲੱਗਦੇ। ਮਤਲਬ ਜਿਨ੍ਹਾਂ ਦੇ ਸਪਾਊਸ ਦੇ ਕਲਾਸਾਂ 10 ਜਨਵਰੀ, 15 ਜਨਵਰੀ, 20 ਜਨਵਰੀ ਨੂੰ ਸਟਾਰਟ ਹੋਣੀਆਂ, ਜਿਸ ਦਿਨ ਉਸਦੇ ਸਪਾਊਸ ਨੇ ਕਲਾਸਿਸ ਸਟਾਰਟ ਕਰਤੀਆਂ ਉਸ ਤੋਂ ਬਾਅਦ ਉਹ ਆਪਣੇ ਡਾਕੂਮੈਂਟ ਪ੍ਰਪੇਅਰ ਕਰਦੇ ਨੇ। ਯਾਨੀ ਉਸ ਤੋਂ ਬਾਅਦ ਹੁਣ ਸਪਾਊਸ ਓਪਨ ਵਰਕ ਪਰਮਿਟ ਦੇ ਐਪਲੀਕੇਸ਼ਨ ਦੇ ਵਿੱਚ ਜਿਹੜੇ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਯਾਨੀ ਤੁਹਾਨੂੰ ਰਿਲੇਸ਼ਨਸ਼ਿਪ ਜਸਟੀਫਾਈ ਕਰਨਾ ਪੈਂਦਾ ਵੀ ਤੁਹਾਡਾ ਰਿਲੇਸ਼ਨਸ਼ਿਪ ਜੈਨੂਨ ਆ, ਤੁਹਾਨੂੰ ਤੁਹਾਡੀ ਹੋਮ ਕੰਟਰੀ ਨਾਲ ਟਾਈ ਸਟਰੋਂਗ ਦਿਖਾਉਣੇ ਪੈਂਦੇ ਵੀ ਅਸੀਂ ਆਪਣੀ ਹੋਮ ਕੰਟਰੀ 'ਚ ਵੈਲ ਸੈਟਲਡ ਹਾਂ, ਅਗਰ ਕੈਨੇਡਾ ਜਾਵਾਂਗੇ ਤਾਂ ਜਾਣਸਾਰ ਕੰਮ ਹੀ ਕਰਾਂਗੇ, ਫ੍ਰੀ ਨਹੀਂ ਰਵਾਂਗੇ। ਸੋ ਇਸ ਦੇ ਲਈ ਡਾਕੂਮੈਂਟੇਸ਼ਨ ਬਹੁਤ ਲੱਗਦੀ ਹੈ, ਐਟਲੀਸਟ 15 ਤੋਂ 20 ਦਿਨ ਮਿਨੀਮਮ ਲੱਗਦੇ ਆ ਡਾਕੂਮੈਂਟ ਪ੍ਰਪੇਅਰ ਕਰਨ ਦੇ ਲਈ। ਸੋ ਤੁਹਾਡਾ ਸਪਾਊਸ 15 ਜਨਵਰੀ ਨੂੰ ਕਲਾਸਿਸ ਸਟਾਰਟ ਕਰਦਾ, ਤੁਹਾਡਾ ਸਪਾਊਸ 20 ਜਨਵਰੀ ਨੂੰ ਕਲਾਸਿਸ ਸਟਾਰਟ ਕਰਦਾ, ਉਸ ਤੋਂ ਬਾਅਦ ਤੁਸੀਂ ਅਗਰ ਡਾਕੂਮੈਂਟ ਪ੍ਰਪੇਅਰ ਕਰੋਗੇ ਤਾਂ 20 ਦਿਨ ਤੁਸੀਂ ਉਸ 'ਤੇ ਲਾਓਗੇ। ਸੋ ਇਸ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਇਹ ਉਹਨਾਂ ਐਪਲੀਕੈਂਟ ਨੂੰ ਪੁੱਛੋ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨ 2020 'ਚ ਲਾਈ ਹੈ ਜਾਂ 2021 ਦੇ ਵਿੱਚ ਲਾਈ ਹੈ, ਉਹਨਾਂ ਨੂੰ 1.5-1.5 ਸਾਲ ਵੇਟ ਕਰਨਾ ਪਿਆ ਸੀ ਐਪਲੀਕੇਸ਼ਨ 'ਤੇ ਡਿਸੀਜਨ ਆਉਣ ਦੇ ਲਈ। ਸੋ ਅਗਰ ਅੱਜ ਚੰਗਾ ਸਮਾਂ ਚੱਲ ਰਿਹਾ ਤਾਂ ਉਸਦੀ ਕਦਰ ਕਰੋ, ਜਿੰਨਾ ਹੋ ਸਕਦਾ ਆਪਣੀ ਡਾਕੂਮੈਂਟ ਪਹਿਲਾਂ ਪ੍ਰਪੇਅਰ ਰੱਖੋ। ਯਾਨੀ ਜਿਸ ਦਿਨ ਤੁਹਾਡਾ, ਕਿਉਂਕਿ ਜਿਸ ਦਿਨ ਤੁਹਾਡੇ ਸਪਾਊਸ ਨੇ ਸਕੂਲ ਆਪਣੇ ਕਾਲਜ ਦੇ ਵਿੱਚ ਕਲਾਸਿਸ ਸਟਾਰਟ ਕੀਤੀਆਂ, ਯਾਨੀ ਉਸ ਨੂੰ ਕਾਲਜ ਇਨਰੋਲਮੈਂਟ ਲੈਟਰ ਲਈ ਉਹ ਐਲੀਜੀਬਲ ਆ, ਸੇਮ ਡੇ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਬਟ ਕੰਡੀਸ਼ਨ ਆ ਵੀ ਅਗਰ ਤੁਹਾਡੇ ਡਾਕੂਮੈਂਟ ਪਹਿਲਾਂ ਪ੍ਰਪੇਅਰ ਹੋਣਗੇ। ਸੋ ਸਪਾਊਸ ਓਪਨ ਵਰਕ ਅਪਲਾਈ ਕਰਨਾ, ਆਪਣੇ ਡਾਕੂਮੈਂਟ ਪ੍ਰਪੇਅਰ ਰੱਖੋ, ਜਿਸ ਦਿਨ ਤੁਹਾਡੇ ਸਪਾਊਸ ਨੂੰ ਕਾਲਜ ਇਨਰੋਲਮੈਂਟ ਲੈਟਰ ਮਿਲ ਗਿਆ ਸੇਮ ਡੇ ਆਪਣਾ ਕੇਸ ਅਪਲਾਈ ਕਰੋ, ਤਾਂ ਐਕਸਪੈਕਟਡ ਆ ਵੀ ਆਉਣ ਵਾਲੇ 30 ਦਿਨਾਂ ਦੇ ਵਿੱਚ ਤੁਸੀਂ ਆਪਣਾ ਡਿਸੀਜਨ ਜਿਹੜਾ ਹਾਸਲ ਕਰ ਸਕਦੇ ਹੋ। ਉਸ ਦੇ ਨਾਲ ਨਾਲ ਕਲੋਜ਼ ਵਰਕ ਪਰਮਿਟ ਵਾਲੀ ਐਪਲੀਕੇਸ਼ਨ ਨੂੰ ਵੀ ਬੇਨਤੀ ਹੈ, ਅਗਰ ਤੁਸੀਂ ਕਲੋਜ਼ ਵਰਕ ਪਰਮਿਟ ਅਪਲਾਈ ਕਰਨ ਜਾ ਰਹੇ ਹੋ ਯਾਨੀ LMI ਬੇਸਡ ਵਰਕ ਪਰਮਿਟ ਅਪਲਾਈ ਕਰਨ ਜਾ ਰਹੇ ਹੋ, ਤਾਂ ਪਹਿਲੇ ਕੁਆਟਰ ਦੇ ਵਿੱਚ ਕਰੋ ਸਾਲ ਦੇ, ਕਿਉਂਕਿ
ਪ੍ਰੈਜੈਂਟ ਟਾਈਮ ਦੇ ਵਿੱਚ ਵਰਕਰ ਦੀ ਬਹੁਤ ਜ਼ਰੂਰਤ ਆ, ਕਿੰਨੀ ਛੇਤੀ ਉਹ ਜ਼ਰੂਰਤ ਪੂਰੀ ਹੁੰਦੀ ਹੈ ਇਸ ਦੇ ਬਾਰੇ ਕਿਸੇ ਨੂੰ ਕੋਈ ਆਈਡੀਆ ਨਹੀਂ ਹੈ, ਬਟ ਅੱਜ ਦੇ ਸਮੇਂ ਦੇ ਵਿੱਚ ਕਲੋਜ਼ ਵਰਕ ਪਰਮਿਟ ਦੇ ਜਿਹੜੇ ਡਿਸੀਜਨ ਆ ਉਹ 15 ਤੋਂ 20 ਦਿਨਾਂ ਦੇ ਵਿੱਚ ਆ ਰਹੇ ਆ, 25 ਦਿਨਾਂ ਦੇ ਵਿੱਚ ਆ ਰਹੇ ਆ। ਜਿੰਨੀ ਜਲਦੀ ਹੋ ਸਕਦਾ ਆਪਣੀ ਐਪਲੀਕੇਸ਼ਨ, ਆਪਣੇ ਡਾਕੂਮੈਂਟ ਪ੍ਰਪੇਅਰ ਹੋਣ, ਕਲੋਜ਼ ਵਰਕ ਪਰਮਿਟ ਦੀ ਐਪਲੀਕੇਸ਼ਨ ਕਰਨੀ ਹੈ, ਤਾਂ ਇੱਕ ਗੱਲ ਧਿਆਨ ਰੱਖਣਾ, ਜੋ ਤੁਹਾਡੀ ਇੰਡੀਆ ਦੀ ਇੰਪਲੋਇਮੈਂਟ ਹੈ ਉਸਦਾ ਬਹੁਤ ਵੱਡਾ ਰੋਲ ਰਹਿੰਦਾ, ਐਂਡ ਐਟਲੀਸਟ 4 ਤੋਂ 5 ਡਾਕੂਮੈਂਟ ਤੁਹਾਡੀ ਇੰਪਲੋਇਮੈਂਟ ਨੂੰ ਜਸਟੀਫਾਈ ਕਰਨ ਦੇ ਲਈ ਲਾਓ। ਉਸਦੇ ਵਿੱਚ ਤੁਹਾਡਾ ਜਿਹੜਾ ਜੋਬ ਲੈਟਰ ਹੈ ਉਸਦਾ ਬਹੁਤ ਵੱਡਾ ਰੋਲ ਰਹਿੰਦਾ, ਜੋਬ ਲੈਟਰ ਦੀ ਵਰਡਿੰਗ ਦਾ ਬਹੁਤ ਵੱਡਾ ਰੋਲ ਰਹਿੰਦਾ, ਵਰਡਿੰਗ ਦੇ ਵਿੱਚ ਐਟਲੀਸਟ ਤੁਹਾਡੀ ਡੈਜੀਗਨੇਸ਼ਨ ਮੈਂਸ਼ਨ ਹੋਣੀ ਚਾਹੀਦੀ ਹੈ, ਐਂਡ ਕਿਸ ਡੈਜੀਗਨੇਸ਼ਨ ਤੋਂ ਤੁਸੀਂ ਸਟਾਰਟ ਕੀਤਾ ਉਹ ਵੀ ਮੈਂਸ਼ਨ ਹੋਵੇ, ਕਿੰਨੀਆਂ ਪ੍ਰਮੋਸ਼ਨਸ ਮਿਲੀਆਂ ਉਹ ਵੀ ਹੋਣ, ਸਭ ਤੋਂ ਜ਼ਰੂਰੀ ਕਿੰਨੀ ਵੇਜ ਤੁਹਾਨੂੰ ਮਿਲ ਰਹੀ ਹੈ, ਨਾਲ ਨਾਲ ਮਿਨੀਮਮ 3 ਮੈਕਸੀਮਮ 6-7 ਜੋਬ ਰਿਸਪੋਂਸੀਬਿਲਿਟੀਜ਼ ਵੀ ਤੁਸੀਂ ਦੱਸ ਸਕਦੇ ਹੋ। ਸੋ ਤੁਹਾਡੇ ਜੋਬ ਲੈਟਰ ਦੀ ਵਰਡਿੰਗ ਤੁਹਾਡੇ ਵੀਜ਼ੇ ਦੇ ਵਿੱਚ ਬਹੁਤ ਹੈਲਪ ਕਰੂ, ਉਸਨੂੰ ਚੰਗੇ ਤਰੀਕੇ ਨਾਲ ਰੈਡੀ ਕਰਨਾ ਚਾਹੀਦਾ। ਇੱਦਾਂ ਨਹੀਂ ਵੀ ਕਾਹਲੀ ਦੇ ਵਿੱਚ ਕੀਤਾ ਕੁਛ ਵੀ ਲਿਖਤਾ ਅਤੇ ਉਹਨੂੰ ਨਾਲ ਲਾਤਾ, ਨਹੀਂ, ਤੁਹਾਡੇ ਜਿਹੜੀ ਜੋਬ ਲੈਟਰ ਦੀ ਮੈਂ ਵਾਰ ਵਾਰ ਕਹਿਣਾ ਵਰਡਿੰਗ, ਜਿਹਦੇ ਵਿੱਚ ਤੁਹਾਡੀ ਡੈਜੀਗਨੇਸ਼ਨ, ਤੁਸੀਂ ਕਿਸ ਡੈਜੀਗਨੇਸ਼ਨ ਤੋਂ ਜੁਆਇਨ ਕੀਤਾ, ਪ੍ਰੈਜੈਂਟਲੀ ਕਿਸ ਡੈਜੀਗਨੇਸ਼ਨ 'ਤੇ ਕੰਮ ਕਰ ਰਹੇ ਹੋ, ਤੁਹਾਨੂੰ ਵੇਜਸ ਕਿੰਨੀ ਮਿਲ ਰਹੀ ਹੈ, ਤੁਹਾਡੀਆਂ ਜੋਬ ਰਿਸਪੋਂਸੀਬਿਲਿਟੀਜ਼ ਕੀ ਨੇ। ਮਿਨੀਮਮ 3 ਮੈਕਸੀਮਮ 6 ਜੋਬ ਰਿਸਪੋਂਸੀਬਿਲਿਟੀ ਤੁਹਾਡੇ ਲੈਟਰ ਦੇ ਵਿੱਚ ਹੋਣੀਆਂ ਚਾਹੀਦੀਆਂ, ਨਾਲ ਨਾਲ ਜਿੰਨੇ ਟਾਈਮ ਦੀ ਤੁਸੀਂ ਜੋਬ ਸ਼ੋਅ ਕਰ ਰਹੇ ਹੋ ਉਨੇ ਟਾਈਮ ਦੀਆਂ ਪੇ ਸਲਿਪਸ ਜ਼ਰੂਰ ਲਾਓ। ਅਗਰ 2-3 ਸਾਲ ਤੱਕ ਆ ਤਾਂ ਮੈਕਸੀਮਮ ਲਾ ਸਕਦੇ ਹੋ, ਅਗਰ ਇਸ ਤੋਂ ਜ਼ਿਆਦਾ ਜੋਬ ਹੈ ਤਾਂ ਲਾਸਟ 2 ਔਰ 3 ਈਅਰ ਦੀਆਂ ਪੇ ਸਲਿਪਸ ਤੁਸੀਂ ਲਾ ਸਕਦੇ ਹੋ। ਕੋਈ ਵੀ ਕਈ ਵਾਰ ਹੁੰਦਾ ਵੀ ਇੰਨੀਆਂ ਪੇ ਸਲਿਪਸ ਕਿਵੇਂ ਲਾ, ਕੋਈ ਫਰਕ ਨਹੀਂ ਪੈਂਦਾ, ਅਗਰ 36-40 ਪੇ ਸਲਿਪ ਤੁਸੀਂ ਲਾ ਦਿਓ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ। ਨਾਲ ਨਾਲ ਸੈਲਰੀ ਅਕਾਊਂਟ ਦੀ ਸਟੇਟਮੈਂਟ, ਜੋ ਕਿ ਸਭ ਤੋਂ ਜ਼ਰੂਰੀ ਹੈ, ਸੈਲਰੀ ਅਕਾਊਂਟ ਦੀ ਸਟੇਟਮੈਂਟ ਲਾਓ, ਐਟਲੀਸਟ 6 ਮਹੀਨੇ 1 ਸਾਲ ਦੀ ਸਟੇਟਮੈਂਟ ਲਾਓ, ਤਾਂ ਜੋ ਤੁਸੀਂ ਆਪਣੇ 1 ਈਅਰ ਦੀ ਜਿਹੜੀ ਇੰਪਲੋਇਮੈਂਟ ਹੈ ਉਸਨੂੰ ਜਸਟੀਫਾਈ ਕਰ ਸਕੋ। ਉਸ ਤੋਂ ਬਾਅਦ ITR ਇਨਕਮ ਟੈਕਸ ਰਿਟਰਨ ਤੁਸੀਂ ਆਪਣੀਆਂ ਲਾਓ, ਜੋ ਤੁਸੀਂ ਈਅਰਲੀ ਫਿਲ ਕਰਦੇ ਹੋ, ਅਗਰ ਤੁਹਾਡਾ ਇੰਪਲੋਇਰ ਤੁਹਾਨੂੰ ਫਾਰਮ 16 ਦਿੰਦਾ ਤਾਂ ਉਹ ਵੀ ਲਾਓ। ਸੋ ਐਟ ਦਾ ਐਂਡ ਜਿਹੜੀ ਤੁਹਾਡੀ ਇੰਡੀਆ ਦੀ ਇੰਪਲੋਇਮੈਂਟ ਹੈ ਉਸਦਾ ਬਹੁਤ ਵੱਡਾ ਰੋਲ ਰਹਿੰਦਾ ਕਲੋਜ਼ ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਵਿੱਚ, ਬਟ ਅਗਰ ਕਲੋਜ਼ ਵਰਕ ਪਰਮਿਟ ਅਪਲਾਈ ਕਰਨ ਜਾ ਰਹੇ ਹੋ ਤਾਂ ਸਾਲ ਦੇ ਸਟਾਰਟਿੰਗ ਦੇ ਮੰਥ ਦੇ ਵਿੱਚ ਕਰੋ, ਤਾਂ ਜੋ ਉਸਦੇ ਉੱਪਰ ਤੁਹਾਨੂੰ ਸਕਸੈਸ ਰੇਟ ਮਿਲ ਸਕੇ। ਧੰਨਵਾਦ।